ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਹੁਸ਼ਿਆਰਪੁਰ। ਦੋਸਤੋ, ਬੜੀ ਦੁੱਖ ਭਰੀ ਖਬਰ ਆ ਰਹੀ ਹੈ ਕਿ ਅੱਜ ਇਨਸਾਨ ਦੇ ਵਿੱਚ ਗੁੱਸਾ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਛੋਟੀ ਛੋਟੀ ਗੱਲ ਤੋਂ ਉਹ ਮਰਨ ਮਾਰਨ ਲਈ ਤਿਆਰ ਹੋ ਜਾਂਦਾ ਹੈ। ਜਿਸ ਖਬਰ ਦੇ ਨਾਲ ਮੈਂ ਆਪ ਸਭ ਦਾ ਤਾਰਫ ਕਰਵਾਉਣਾ ਚਾਹੁੰਦਾ, ਦਰਅਸਲ ਇੱਕ ਰਿਟਾਇਰ ਫੌਜੀ ਹੈ, ਉਹ ਥਾਣੇ ਦੇ ਵਿੱਚ ਆਪਣਾ ਅਸਲਾ ਜਮ੍ਹਾਂ ਕਰਵਾਉਣ ਆਉਂਦਾ ਹੈ, ਔਰ ਜਦੋਂ ਅਸਲਾ ਪੁਲਿਸ ਵਾਲੇ ਜਮ੍ਹਾਂ ਕਰਨ ਲਈ ਆਨਾਕਾਨੀ ਕਰ ਰਿਹਾ ਤਾਂ ਫੌਜੀ ਨੂੰ ਆ ਜਾਂਦਾ ਗੁੱਸਾ। ਗੁੱਸੇ ਤੋਂ ਬਾਅਦ ਉਹ ਕੀ ਕਰਦਾ, ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਹੁਸ਼ਿਆਰਪੁਰ ਤੋਂ ਅਸ਼ਵਨੀ ਕੁਮਾਰ ਸ਼ਰਮਾ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਅਪਡੇਟ। ਸ਼ਰਮਾ ਜੀ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ? ਦਰਅਸਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਲਪੁਰ ਥਾਣੇ ਦੀ ਇਹ ਗੱਲ ਹੈਗੀ ਆ। ਥਾਣੇ ਦੇ ਵਿੱਚ ਇੱਕ ਰਿਟਾਇਰਡ ਫੌਜੀ ਆਪਣਾ ਅਸਲਾ ਜਮ੍ਹਾਂ ਕਰਵਾਉਣ ਦੇ ਵਾਸਤੇ ਆਉਂਦਾ ਹੈ। ਜਿਸ ਵੇਲੇ ਉਹ ਮੁਨਸ਼ੀ ਦੇ ਕਮਰੇ 'ਚ ਜਾਂਦਾ ਹੈ, ਉਹਨੂੰ ਕਹਿੰਦਾ ਕਿ ਇਹ ਮੈਂ ਆਪਣਾ ਅਸਲਾ ਜਮ੍ਹਾਂ ਕਰਵਾਉਣਾ ਹੈ, ਅਤੇ ਉੱਥੇ ਜਿਹੜਾ ਹੈ ਉਹਨੂੰ ਬੈਠਣ ਲਈ ਕਿਹਾ ਜਾਂਦਾ ਹੈ। ਦੋ ਚਾਰ ਵਾਰੀ ਫਿਰ ਉਹ ਕਹਿੰਦਾ ਕਿ ਮੇਰਾ ਅਸਲੇ ਦਾ ਜਿਹੜਾ ਜਮ੍ਹਾਂ ਕਰ ਲਓ। ਉਹ ਟਾਲ ਮਟੋਲ ਜਿਹੜਾ ਹੈਗਾ ਥਾਣੇ ਦੇ ਵਿੱਚ ਉਹਦੇ ਨਾਲ ਕੀਤਾ ਜਾਂਦਾ ਹੈ। ਸੋ ਉਹ ਪੂਰਵ ਫੌਜੀ ਜਿਹੜਾ ਹੈ ਉਹਨੂੰ ਗੁੱਸਾ ਚੜਿਆ, ਉਹਨੇ ਜਿਹੜਾ ਹੈ ਆਪਣੀ ਰਾਈਫਲ ਦੇ ਵਿੱਚ ਗੋਲੀਆਂ ਲੋਡ ਕੀਤੀਆਂ ਅਤੇ ਸਾਹਮਣੇ ਬੈਠੇ ਮੁਨਸ਼ੀ ਦੇ ਜਿਹੜਾ ਬਿਲਕੁਲ ਦਿਲ ਦੇ ਉੱਤੇ ਜਿਹੜੀ ਆ ਉਹ ਗੋਲੀ ਮਾਰ ਦਿੱਤੀ ਅਤੇ ਇੱਕ ਫਾਇਰ ਜਿਹੜਾ ਹੈਗਾ ਹੋਰ ਕੀਤਾ, ਅਤੇ ਉੱਥੇ ਆਸ ਪਾਸ ਜਿਹੜੇ ਪੁਲਿਸ ਮੁਲਾਜ਼ਮ ਜੋ ਉਸ ਦੁਖਮ ਰੁਕੀ ਹੋਏ, ਉਹਨੇ ਹੋਰ ਗੋਲੀ ਵੀ ਚਲਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਸਨੂੰ ਪਕੜ ਕੇ ਜਿਹੜਾ ਹੈ ਪੁਲਿਸ ਨੇ ਹਵਾਲਾਤ ਦੇ ਵਿੱਚ ਬੰਦ ਕਰ ਦਿੱਤਾ। ਮਤਲਬ ਫੌਜੀ ਉਸ ਤੋਂ ਬਾਅਦ ਭੱਜਿਆ ਨਹੀਂ, ਉੱਥੇ ਹੀ ਰਿਹਾ? ਜੀ ਜੀ ਜੀ, ਉੱਥੇ ਹੀ ਰਿਹਾ ਹੈਗਾ ਵਾ। ਉਸੇ ਵੇਲੇ ਜਿਹੜਾ ਹੈਗਾ ਇਸਨੂੰ ਮੌਕੇ ਤੋਂ ਹੀ ਜਿਹੜਾ ਗ੍ਰਿਫਤਾਰ ਕਰ ਦਿੱਤਾ ਗਿਆ ਹੈ। ਲੇਕਿਨ ਜਿਸ ਕਾਂਸਟੇਬਲ ਦੇ ਮੁਨਸ਼ੀ ਦੇ ਉਹਨਾਂ ਨੇ ਗੋਲੀ ਮਾਰੀ, ਉਹ ਮੌਕੇ ਤੇ ਹੀ ਉਹਨੇ ਦਮ ਤੋੜ ਦਿੱਤਾ ਜਾਂ ਹਸਪੀਟਲ ਜਾ ਕੇ? ਸ਼ਰਮਾ ਜੀ, ਜਿਸ ਵੇਲੇ ਉਸਨੂੰ ਇੱਥੋਂ ਲਗਾਇਆ ਗਿਆ, ਕਿਉਂਕਿ ਉਹਦਾ ਬਲੱਡ ਜਿਹੜਾ ਹੈਗਾ ਵਾ ਕਾਫੀ ਜ਼ਿਆਦਾ ਨਿਕਲ ਚੁੱਕਾ ਸੀਗਾ। ਜਦੋਂ ਉਹਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਹੁਸ਼ਿਆਰਪੁਰ ਹੋਸਪਿਟਲ ਲਿਜਾ ਰਹੇ ਸੀ, ਰਸਤੇ ਦੇ ਵਿੱਚ ਉਸਨੂੰ ਦਮ ਤੋੜ ਦਿੱਤਾ। ਸ਼ਰਮਾ ਜੀ, ਬਹੁਤ ਬਹੁਤ ਮਿਹਰਬਾਨੀ। ਔਰ ਜਿਨ੍ਹਾਂ ਜਿਨ੍ਹਾਂ ਪੁਲਿਸ ਆਫਿਸਰ ਦੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਖੁਦ ਸੁਣ ਸਕਦੇ ਹੋ। ਨਹੀਂ, ਉਹਨੇ ਪਹਿਲੇ ਸਿੱਧੇ ਅੰਦਰ ਲਿਜਾ ਕੇ ਮਾਰੀ ਹੈ ਗੋਲੀ, ਇੱਥੇ ਖੜੇ ਤੇ ਮਾਰੀ ਹੈ। ਮੋਛੀ ਸਾਹਿਬ ਬੈਠੇ ਸੀ, ਗੋਲੀ ਚੱਲਦੇ। ਕਿੰਨੇ ਫਾਇਰ ਕੀਤੇ ਉਹਨੇ? ਤੁਸੀਂ ਪਿੱਛੇ ਜੱਫਾ ਪਾਇਆ ਸੀ? ਹਾਂਜੀ ਹਾਂਜੀ, ਇੱਥੇ ਖੜਾ ਸੀਗਾ ਬੰਦਾ ਜੀ। ਇਹਦੇ ਕੋਲ ਦਨਾਲੀ ਸੀ? ਦਨਾਲੀ ਇਹ ਪਹਿਲੀ ਗੋਲੀ ਇਹਨੇ ਸਿੱਧੀ ਆਉਂਦੇ ਨੇ ਮਾਰੀ? ਹਾਂਜੀ ਹਾਂਜੀ, ਪਹਿਲਾਂ ਆਇਆ ਅੰਦਰ, ਕਹਿੰਦਾ ਵੀ ਮੈਂ ਅਸਲਾ ਜਮ੍ਹਾਂ ਕਰਾਉਣਾ, ਅਤੇ ਉਹਦੇ ਉਹਨੇ ਮੈਨੂੰ ਫਾਇਰ ਕਰਤੇ, ਗੋਲੀ ਮਾਰਤੀ ਸੀ। ਦੋਸਤੋ, ਇਹੀ ਗੱਲ ਹੈ ਵੀ ਗੁੱਸੇ 'ਤੇ ਜੇਕਰ ਆਪਾਂ ਕੰਟਰੋਲ ਕਰ ਲਾਂਗੇ ਤਾਂ ਜ਼ਿੰਦਗੀ ਨੂੰ ਬਹੁਤ ਹੀ ਸਮੂਥ ਤਰੀਕੇ ਨਾਲ ਚਲਾਵਾਂਗੇ, ਔਰ ਜੇਕਰ ਆਪਾਂ ਆਊਟ ਆਫ ਕੰਟਰੋਲ ਗੁੱਸੇ 'ਤੇ ਮਤਲਬ ਕਾਬੂ ਪਾਉਣ ਵਿੱਚ ਅਸਮਰੱਥ ਹੋ ਗਏ ਤਾਂ ਫਿਰ ਕਿਤੇ ਨਾ ਕਿਤੇ ਜ਼ਿੰਦਗੀ ਜਿਹੜੀ ਉਹ ਨਰਕ ਬਣ ਜਾਂਦੀ ਹੈ। ਔਰ ਪੁਲਿਸ ਵਾਲਿਆਂ ਨੂੰ ਵੀ ਚਾਹੀਦਾ ਸੀਗਾ ਕਿ ਐਵੇਂ ਆਨਾ ਕੰਨੀ ਕਿਉਂ ਕਰਨਾ, ਆਪਣੀ ਡਿਊਟੀ ਨੂੰ ਡਿਊਟੀ ਸਮਝਣ। ਸ਼ਾਇਦ ਇਸੇ ਕਰਕੇ ਲੋਕ ਜਿਹੜੇ ਹੈ ਬਹੁਤ ਜ਼ਿਆਦਾ ਇਸ ਵਿਭਾਗ ਤੋਂ, ਕੁਛ ਇੱਕ ਕਰਮਚਾਰੀਆਂ ਤੋਂ, ਕੁਛ ਇੱਕ ਮੁਲਾਜ਼ਮਾਂ ਤੋਂ ਅੱਕੇ ਪਏ ਨੇ। ਔਰ ਜਦੋਂ ਇਨਸਾਨ ਇਸ ਤਰ੍ਹਾਂ ਪਰੇਸ਼ਾਨ ਹੋ ਜਾਂਦਾ ਤਾਂ ਫਿਰ ਇਸ ਤਰ੍ਹਾਂ ਦਾ ਉਹ ਸਟੈਪ ਜ਼ਰੂਰ ਚੱਕਦਾ। ਖੈਰ, ਇਹ ਕੋਈ ਅੰਤ ਨਹੀਂ ਹੈ, ਔਰ ਜੇ 10 ਮਿੰਟ ਹੋਰ ਬੈਠ ਜਾਂਦਾ ਤਾਂ ਸ਼ਾਇਦ ਇਹ ਜਿਹੜੀ ਜ਼ਿੰਦਗੀ ਸੀ, ਜਿਨ੍ਹਾਂ ਦੇ ਹੱਸਦੇ ਵੱਸਦੇ ਘਰ ਜਿਹੜੇ ਬਰਬਾਦ ਹੋਏ ਆ, ਉਹ ਬਰਬਾਦ ਹੋਣੋਂ ਬਚ ਜਾਂਦੇ।
ਇਹ ਸੀ ਹੁਣ ਤੱਕ ਦੀ ਅਪਡੇਟ। ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।